ਅਮ੍ਰਿਤਸਰ ਸਿੰਘ ਫੂਡ ਕਿੰਗ ਦੇ ਨਾਮ ਤੋਂ ਮਸ਼ਹੂਰ ਹੋਇਆ ਰਵਿੰਦਰਪਾਲ ਸਿੰਘ, ਜੋ ਕਿ ਲੁਧਿਆਣਾ ਵਿੱਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਫੇਮਸ ਹੈ। ਇੱਥੇ ਦੱਸ ਦਈਏ ਕਿ ਇਹ ਉਹੀ ਸ਼ਖਸ ਹੈ ਜੋ ਕਿ ਸਿੱਖੀ ਦੇ ਪ੍ਰਚਾਰ ਦੇ ਅਨੋਖੇ ਉਪਰਾਲੇ ਕਰਕੇ ਵੀ ਅਖਬਾਰਾਂ ਦੀਆਂ ਸੁਰਖੀਆਂ ਅਤੇ ਟੀਵੀ ਚੈਨਲਾਂ ਦੀ ਹੈਡਲਾਈਨਾਂ ਬਣਿਆ ਸੀ। ਬੱਚਿਆਂ ਨੂੰ ਗੁਰਬਾਣੀ ਦਾ ਪਾਠ ਸੁਣਾਉਣ ਦੇ ਬਦਲੇ ਮੁਫ਼ਤ ਬਰਗਰ ਇਨਾਮ ਵਜੋਂ ਦਿੰਦਾ ਸੀ। ਆਪਣੇ ਇਸੇ ਉਪਰਾਲੇ ਕਰਕੇ ਵਰਲਡ ਫੇਮਸ ਹੋਇਆ ਰਵਿੰਦਰਪਾਲ ਸਿੰਘ ਕੁਝ ਲੀਡਰਾਂ ਅਤੇ ਪ੍ਰਸ਼ਾਸਨ ਦੀਆਂ ਅੱਖਾਂ 'ਚ ਰੜਕ ਬਣ ਗਿਆ ਏ। ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਸਾਹਮਣੇ ਬਰਗਰ ਦੀ ਰੇਹੜੀ ਲਗਾਉਣ ਵਾਲਾ ਇਹ ਸ਼ਖਸ ਅੱਜ ਕਾਰਪੋਰੇਸ਼ਨ ਜ਼ੋਨ ਡੀ ਲੁਧਿਆਣਾ ਦੇ ਬਾਹਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਾ ਏ। ਇਹ ਭੁੱਖ ਹੜਤਾਲ ਤੇ ਕਿਉਂ ਬੈਠਾ ਏ, ਆਓ ਉਸ ਦੀ ਜਵਾਨੀ ਸੁਣਦੇ ਆ। ਮੈਂ ਬਾਬਾ ਦੀਪ ਸਿੰਘ ਗੁਰੂ ਘਰ ਮਾਡਲ ਟਾਊਨ ਐਕਸਟੈਂਸ਼ਨ ਦੀ ਰੇਹੜੀ ਲੈਣਾ ਬਰਗਰ ਦੀ ਜੀ, ਤੇ ਉੱਥੇ ਦੇ ਜਿਹੜਾ ਸਾਹਮਣੇ ਬਾਬਾ ਦੀਪ ਸਿੰਘ ਗੁਰਦੁਆਰੇ ਪ੍ਰਬੰਧਕ ਕਮੇਟੀ ਹੈ, ਉਹ ਪਿਛਲੇ 7 ਸਾਲ ਤੋਂ ਮੈਨੂੰ ਪਰੇਸ਼ਾਨ ਕਰ ਰਹੀ ਹੈ। ਹੁਣ ਤੱਕ 2.5-3 ਲੱਖ ਦੇ ਕਰਜ਼ੇ 'ਚ ਮੈਂ ਉਹਨਾਂ ਕਰਕੇ ਹਾਂ। ਉਹਨਾਂ ਨੇ ਮੇਰੀ 3-4 ਰੇਹੜੀਆਂ ਪਹਿਲੇ ਤੁੜਵਾ ਦਿੱਤੀਆਂ ਨੇ ਕਾਰ ਪਛੇਣ ਤੋਂ ਚੁਕਾ ਚੁਕਾ ਕੇ, ਅਤੇ ਕੱਲ੍ਹ ਰਾਤ ਨੂੰ ਫਿਰ ਮੇਰੀ ਰੇਹੜੀ ਚੱਕੀ ਗਈ ਹੈ, ਅਤੇ ਜਦਕਿ ਮੈਂ ਹਰ ਮਹੀਨੇ ਪਰਚੀ ਕਟਵਾਉਂਦਾ ਵਾਂ, ਪਰਚੀ ਮੇਰੇ ਕੋਲ ਮੌਜੂਦ ਹੈ। ਅਤੇ ਸੇਖੋ ਸਾਹਿਬ ਜਿਹੜੇ ਨੇ ਉਹਨਾਂ ਨੇ ਬੰਦਾ ਭੇਜਿਆ ਸੀ ਜਿਹੜਾ ਕਾਰ ਪਛਾਣ ਵਾਲਾ ਰੇਹੜੀ ਚੱਕਣ ਲਈ, ਉਹ ਕਹਿੰਦਾ ਵੀ ਅਮਰਜੀਤ ਟਿੱਕਾ ਕਾਂਗਰਸੀ ਲੀਡਰ ਹੈ, ਉਹਦੇ ਗੋਡੀ ਹੱਥ ਲਾਇਆ ਅਤੇ ਤੈਨੂੰ ਰੇਹੜੀ ਤੇਰੀ ਛੱਡ ਦੂਗਾ, ਛੁਡਵਾ ਦੂਗਾ। ਅਤੇ ਸੇਖੋ ਸਾਹਿਬ ਨੇ ਪਰਚੇ ਧਮਕੀ ਦਿੱਤੀ ਮੈਨੂੰ, ਅਤੇ ਪਰਚੇ ਪੁਰਚੇ ਦੀ ਕੋਈ ਗੱਲ ਨਹੀਂ, ਰੋਟੀ ਖਾਣੀ ਹੈ ਬਾਹਰ ਖਾ ਲਾਂਗੇ ਜਾਂ ਅੰਦਰ ਖਾ ਲਾਂਗੇ, ਲੇਕਿਨ ਇਹ ਵੀ ਧੱਕਾ ਨਹੀਂ ਸਹਿਣ ਕਰਨਾ ਮੈਂ। ਬਹੁਤ ਇਹਨਾਂ ਦੇ 7 ਸਾਲ ਹੋ ਗਏ ਇਹਨਾਂ ਦਾ ਧੱਕਾ ਸਹਿਣ ਕਰ ਰਿਹਾ, ਅਤੇ ਸੇਖੋ ਸਾਹਿਬ ਨੂੰ ਬੇਨਤੀ ਹੈ ਵੀ ਤੁਸੀਂ ਪਰਚਾ ਦੇ ਦਿਓ ਮੇਰੇ 'ਤੇ, ਕੋਈ ਗੱਲ ਨਹੀਂ। ਅਤੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤਾਂ ਇਹੀ ਮੰਗਾਂ ਵੀ ਰੇਹੜੀ ਛੱਡ ਦਿਓ, ਮੈਂ ਇੱਥੋਂ ਚਲਾ ਜਾਵਾਂਗਾ। ਉਹ ਕਹਿੰਦੇ ਰੇਹੜੀ ਨਹੀਂ ਦੇਣੀ, ਰੇਹੜੀ ਤਾਂ ਲਾਣੀ ਭੁੱਲ ਜਾ, ਸੇਖੋ ਸਾਹਿਬ ਨੇ ਮੈਨੂੰ ਕਿਹਾ। ਤੁਸੀਂ ਭੁੱਖ ਹੜਤਾਲ ਦੇ ਬੈਠੇ ਹੋ, ਜੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਪਾਂ ਨੂੰ ਮਿਲਦਾ ਇਨਸਾਫ ਤਾਂ ਫਿਰ ਕੀ ਅਗਲਾ? ਮੈਂ ਇੱਥੇ ਬੈਠਾ ਰਹਾਂਗਾ ਜੀ ਜਦ ਤੱਕ ਮੈਨੂੰ, ਜਾਂ ਇੱਥੇ ਮਰ ਜਾਵਾਂਗਾ ਜਾਂ ਮੇਰੀ ਰੇਹੜੀ ਛੱਡੋਗੇ। ਮਾਮਲਾ ਭੁੱਖ ਹੜਤਾਲ ਵਾਲਾ, ਇਹ ਕੀ ਚੱਕਰ ਹੈ ਜੀ? ਇਹ ਜੀ ਕੋਈ ਬਰਗਰ ਕਿੰਗ ਦੇ ਨਾਮ 'ਤੇ ਰੇਹੜੀ ਲਗਾਉਂਦਾ ਇਹ ਬਾਬਾ ਦੀਪ ਸਿੰਘ ਚੌਂਕ ਦੇ ਵਿੱਚ। ਬਾਬਾ ਦੀਪ ਸਿੰਘ ਚੌਂਕ ਦੇ ਵਿੱਚ ਇੱਕ ਤਾਂ ਜਿੱਦਾਂ ਕਿ ਸਾਰੇ ਲੁਧਿਆਣਾ ਵਾਸੀ ਜਾਣਦੇ ਆ ਕਿ ਉੱਥੇ 2 ਗੁਰਦੁਆਰਾ ਸਾਹਿਬ ਨੇ, ਅਤੇ ਉੱਥੇ ਕਾਫੀ ਜ਼ਿਆਦਾ ਰਸ਼ ਰਹਿੰਦਾ, ਅਤੇ ਇਹਦੇ ਨਾਲ ਉੱਥੇ ਘੱਟੋ ਘੱਟ 5-6 ਰੇਹੜੀਆਂ ਹੋਰ ਲੱਗਦੀਆਂ ਨੇ, ਜਿਨ੍ਹਾਂ ਕਰਕੇ ਟ੍ਰੈਫਿਕ ਨੂੰ ਕੰਜੈਸ਼ਨ ਹੁੰਦੀ ਆ, ਲੋਕਾਂ ਨੂੰ ਆਉਣ ਜਾਣ 'ਚ ਪਰੇਸ਼ਾਨੀ ਹੁੰਦੀ ਹੈ। ਜਿਹੜੇ ਉੱਥੇ ਪਿਛਲੇ ਪਾਸੇ ਮੱਲਾ ਵਾਸੀ ਆ, ਉਹਨਾਂ ਨੇ ਸਾਨੂੰ ਮੈਡਮ ਕਮਿਸ਼ਨਰ ਨੂੰ ਕੰਪਲੇਂਟ ਕੀਤੀ ਸੀ ਵੀ ਇੱਥੋਂ ਇਸ ਚੌਂਕ ਨੂੰ ਰੇਹੜੀ ਫੜੀ ਤੋਂ ਮੁਕਤ ਕਰਾਇਆ ਜਾਵੇ। ਓਵਰਆਲ ਇੱਕ ਹੋਰ ਚੀਜ਼ ਆ ਕਿ ਜਿਹੜੀ ਸਟਰੀਟ ਵੈਂਡਿੰਗ ਪਾਲਿਸੀ ਆ ਰਹੀ ਆ, ਉਹਦੇ ਵਿੱਚ ਵੀ ਤੁਸੀਂ ਚੌਂਕ ਦੇ ਵਿੱਚ ਕਿਸੇ ਤਰ੍ਹਾਂ ਦੀ ਰੇਹੜੀ ਫੜੀ ਨਹੀਂ ਲਗਾ ਸਕਦੇ। ਇਸੇ ਕਰਕੇ ਕੱਲ੍ਹ ਉੱਥੋਂ ਜਿੰਨੀਆਂ ਵੀ ਰੇਹੜੀਆਂ ਫੜੀਆਂ ਲੱਗਦੀਆਂ ਨੇ ਉਹਨਾਂ ਨੂੰ ਰਿਮੂਵ ਕੀਤਾ ਗਿਆ, ਅਤੇ ਅੱਜ ਇਹ ਬੰਦਾ ਇੱਥੇ ਬਿਨਾਂ ਗੱਲ ਤੋਂ ਬਾਹਰ ਧਰਨੇ 'ਤੇ ਬੈਠ ਕੇ ਨਿਊਸੈਂਸ ਕ੍ਰੀਏਟ ਕਰ ਰਿਹਾ। ਰੇਹੜੀ ਇਕੱਲੇ ਦੀ ਨਹੀਂ ਚੱਕੀ ਗਈ, 5 ਰੇਹੜੀਆਂ ਉੱਥੋਂ 6 ਹੋਰ ਚੱਕ ਹੋਈਆਂ ਨੇ, ਅਤੇ ਜੇ ਕੋਈ ਕਾਰਪੋਰੇਸ਼ਨ ਦਾ ਧੱਕੇ ਵਾਲਾ ਕੰਮ ਤਾਂ ਬਾਕੀ ਵੀ ਇਹਦੇ ਨਾਲ ਬੈਠਣ। ਇਹ ਬੰਦਾ ਬਲੈਕਮੇਲਰ ਟਾਈਪ ਬੰਦਾ ਜੀ, ਇਹ ਜਾਣ ਕੇ ਇੱਥੇ ਹੁਣ ਸੀਨ ਕ੍ਰੀਏਟ ਕਰ ਰਿਹਾ। ਹੋਰ ਕੁਛ